ਪਹਿਲੇ ਵਿਸ਼ਵ ਯੁੱਧ ਦੇ ਵਿੱਚ ਬ੍ਰਿਟਿਸ਼ ਰਾਜ ਅਧੀਨ ਜਿਹੜੀ ਭਾਰਤੀ ਫੌਜ ਸੀ 10 ਲੱਖ ਤੋਂ ਵੀ ਜ਼ਿਆਦਾ ਫੌਜੀਆਂ ਨੇ ਓਵਰ ਸੀ ਸਰਵ ਕੀਤਾ ਸੀ ਇਨ ਇਨ ਦਾ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਸੀ ਤੇ ਉਹਨਾਂ ਦੇ ਵਿੱਚੋਂ ਬਹੁਤ ਜਾਣਿਆਂ ਨੇ ਇਸ ਇਹਨਾਂ ਵਿਸ਼ਵ ਜੰਗਾਂ ਦੇ ਵਿੱਚ ਵਿਸ਼ਵ ਯੁੱਧਾਂ ਦੇ ਵਿੱਚ ਸ਼ਹਾਦਤ ਉਹਨਾਂ ਦੀ ਹੋਈ ਸੋ ਜਿਹੜੀ ਕੰਟਰੀਬਿਊਸ਼ਨ ਦੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਇਹ ਫ੍ਰੀ ਵਰਲਡ ਆਰਡਰ ਐਸਟੈਬਲਿਸ਼ ਹੋਇਆ ਅ ਫਰਸਟ ਵਰਲਡ ਵਾਰ ਤੋਂ ਬਾਅਦ ਤਬਦਲੀ ਆਈ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਅਸੀਂ ਦੁਨੀਆ ਦੇ ਵਿੱਚ ਹੁਣ ਵਿਚਰਦੇ ਆ ਉਹ ਸੈਕੰਡ ਵਰਲਡ ਵਾਰ ਨੇ ਉਹ ਜਿਹੜਾ ਫਰੀ ਵਰਲਡ ਸੀ ਜਿਹੜਾ ਫਰੀडम ਦਾ ਇੱਕ ਇੱਕ ਨੀ ਪੱਥਰ ਸੀ ਉਹ ਰੱਖਿਆ ਸੀ ਉਸ ਨੀ ਪੱਥਰ ਨੂੰ ਰੱਖਣ ਦੇ ਵਿੱਚ ਲਹੂ ਲੋਹਾਨ ਹੋਏ ਪੰਜਾਬੀ ਸੋਲਜਰਸ ਦੇ ਹੱਥ ਵੀ ਮੌਜੂਦ ਸੀ ਭਾਰਤੀ ਮੂਲ ਦੇ ਵੱਖੋ ਵੱਖਰੇ ਜਿਹੜੇ ਬੈਕਗ੍ਰਾਉਂਡ ਤੋਂ ਆਉਣ ਵਾਲੇ ਸੋਲਜਰ ਸੀ ਉਹਨਾਂ ਦਾ ਉਹਦੇ ਵਿੱਚ ਯੋਗਦਾਨ ਸੀ ਜਿਹਦਾ ਇਤਿਹਾਸ ਦੇ ਵਿੱਚ ਬਹੁਤ ਲੰਬੇ ਸਮੇਂ ਤੱਕ ਕੋਈ ਬਹੁਤਾ ਜ਼ਿਕਰ ਨਹੀਂ ਹੋਇਆ ਉਦੇ ਵੱਖੋ ਵੱਖਰੇ ਪਹਿਲੂ ਨੇ ਵੱਖੋ ਵੱਖਰੇ ਰੀਜਨਸ ਨੇ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਅੱਜ ਇਸ ਬਾਰੇ ਹੋਰ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਰਾਜ ਪੰਡਾਲ ਜੀ ਸ਼ਾਮਲ ਹੋ ਰਹੇ ਨੇ ਤੇ ਨਾਲ ਹੀ ਸ਼ਾਮਲ ਹੋ ਰਹੇ ਨੇ ਸਨੀ ਖਰੋੜ ਜੀ ਇਹਨਾਂ ਦੋਹਾਂ ਦਾ ਸਵਾਗਤ ਕਰਦੇ ਆਂ ਰਾਜ ਪੰਡਾਲ ਜੀ ਸਤਿ ਸ਼੍ਰੀ ਅਕਾਲ ਸਨੀ ਜੀ ਤੁਹਾਡੇ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਸਾਡੇ ਵੱਲੋਂ ਬੰਜਾਰਾ ਨੋਮੈਡ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਸਾਡੇ ਨਾਲ ਸਨੀ ਖਰੋੜ ਜੀ ਸ਼ਾਮਲ ਹੋ ਰਹੇ ਨੇ ਸਨੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਸਾਰੇ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਨੀ ਜੀ ਤੁਸੀਂ ਖੁਦ ਇੰਡੀਅਨ ਆਰਮੀ ਦੇ ਵਿੱਚ 19 90 ਤੋਂ ਲੈ ਕੇ 1996 ਤੱਕ ਸੇਵਾ ਨਿਭਾਈਆ ਸੋ ਬੀਇੰਗ ਐਨ ਐਕਸ ਸਰਵਿਸਮੈਨ ਤੁਹਾਨੂੰ ਪਤਾ ਕਿ ਯੁੱਧ ਦੇ ਵਿੱਚ ਜਿਸ ਤਰ੍ਹਾਂ ਦੀ ਗੱਲਬਾਤ ਜਾਂ ਜਿਸ ਤਰ੍ਹਾਂ ਦਾ ਮਾਹੌਲ ਬਣ ਜਾਇਆ ਕਰਦਾ ਹੈ ਜਿਸ ਤਰ੍ਹਾਂ ਦਾ ਇੱਕ ਜਜ਼ਬਾ ਹੁੰਦਾ ਤੁਸੀਂ ਉਹ ਨੇੜੇੋਂ ਦੇਖਿਆ ਨੇ ਚੀਜ਼ਾਂ ਜਦੋਂ ਤੁਸੀਂ ਵਰਲਡ ਵਾਰਸ ਬਾਰੇ ਪੜ੍ਹਦੇ ਹੋ ਦੇਖਦੇ ਹੋ ਫਾਰ ði ਲੋਂਗੇਸਟ ਟਾਈਮ ਉਹਨਾਂ ਫੌਜੀਆਂ ਦੀ ਕੰਟਰੀਬਿਊਸ਼ਨ ਦੀ ਕੋਈ ਗੱਲ ਹੀ ਨਹੀਂ ਹੋਈ ਜਿਨ੍ਹਾਂ ਨੇ ਮੂਰੇ ਲੱਗ ਕੇ ਉਸ ਟੈਰੇਨ ਦੇ ਵਿੱਚ ਜਾ ਕੇ ਯੁੱਧ ਲੜਿਆ ਜਿਸ ਟੈਰੇਨ ਬਾਰੇ ਸ਼ੁਰੂ-ਸ਼ੁਰੂ ਤੇ ਵਿੱਚ ਉਹਨਾਂ ਨੂੰ ਪ੍ਰੋਪਰਲੀ ਟ੍ਰੇਨਿੰਗ ਵੀ ਨਹੀਂ ਸੀ ਪ੍ਰੋਪਰ ਇਕਵਿਪਮੈਂਟ ਤੱਕ ਨਹੀਂ ਸੀ ਉਸ ਝੰਡੇ ਦੇ ਹੇਠ ਹੋ ਲੜੇ ਜਿਸ ਝੰਡੇ ਦੇ ਹੇਠ ਲੜਾਈ ਕਰਨ ਵਾਸਤੇ ਤੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ ਸੀ ਪਰ ਜਦੋਂ ਉਸੇ ਝੰਡੇ ਦਾ ਹਵਾਲਾ ਦੇ ਕੇ ਉਹ ਕਾਮਾਗਾਟਾ ਮਾਰੂ ਜਹਾਜ਼ ਤੇ ਬੈਠ ਕੇ ਉਸ ਮੂਲ ਦੇ ਲੋਕ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਵਾਪਸ ਮੋੜ ਦਿੱਤਾ ਜਾਂਦਾ ਕਿ ਜੀ ਨਹੀਂ ਤੁਸੀਂ ਇੱਥੇ ਨਹੀਂ ਦਾਖਲ ਹੋ ਸਕਦੇ ਪਰ ਕੁਝ ਮਹੀਨਿਆਂ ਬਾਅਦ ਜਦੋਂ ਫਸਟ ਵਰਲਡ ਵਾਰ ਸ਼ੁਰੂ ਹੁੰਦੀ ਆ ਤਾਂ ਉਸੇ ਹੀ ਜਿਹੜਾ ਯੂਨੀਅਨ ਜੈਕ ਦਾ ਹਵਾਲਾ ਦੇ ਕੇ ਉਹਨਾਂ ਨੂੰ ਲੜਨ ਲਈ ਭੇਜ ਦਿੱਤਾ ਜਾਂਦਾ ਬਹੁਤ ਸਾਰੀਆਂ ਮਿਸਾਲਾਂ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਨੇੜਿਓਂ ਜਿਨ੍ਹਾਂ ਦੀ ਸਟੱਡੀ ਕੀਤੀ ਆ ਪੰਜਾਰਾ9.com ਤੇ ਜਿਹੜਾ ਤੁਸੀਂ ਡਿਜੀਟਲ ਲਾਇਬ੍ਰੇਰੀ ਕ੍ਰੀਏਟ ਕੀਤੀ ਸਾਰਿਆਂ ਨੇ ਰਲ ਕੇ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਮੈਮੋਰੀਬੀਲਿਆ ਉਹਨਾਂ ਲੋਕਾਂ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਵਿਸ਼ਵ ਯੁੱਧ ਦੇ ਵਿੱਚ ਕੰਟਰੀਬਿਊਟ ਕੀਤਾ ਉਹਦੇ ਬਾਰੇ ਮੜੀ ਦੀ ਗੱਲ ਰਸਿਓ ਜੀ ਵੀ ਕਿ ਕੁਝ ਅਜਿਹਿਆਂ ਜਿਹੜੀਆਂ ਕਹਾਣੀਆਂ ਨੇ ਜਿਨ੍ਹਾਂ ਬਾਰੇ ਵੈਬਸਾਈਟ ਤੇ ਜਾ ਕੇ ਸੁਣਨ ਵਾਲੇ ਪੜ ਸਕਦੇ ਨੇ ਪਰ ਜਿਨ੍ਹਾਂ ਬਾਰੇ ਅੱਜ ਤੁਸੀਂ ਜਿਨ੍ਹਾਂ ਨੂੰ ਹਾਈਲਾਈਟ ਕਰਨਾ ਚਾਹੋਗੇ ਦਰ ਅਨਸੰਗ ਹੀਰੋਜ਼ ਹਾਂਜੀ ਜਿਹੜੇ ਅਨਸੰਗ ਹੀਰੋਜ਼ ਨੇ ਇੱਕ ਪੰਜਾਬ ਤੋਂ ਆਈ ਸੀਗੀ ਫੌਜਾਂ ਜਿਹੜੀਆਂ ਆਈਆਂ ਲੜੀਆਂ ਫਰਸਟ ਵਰਲਡ ਵਾਰ ਦੇ ਵਿੱਚ ਜੀ ਇੱਕ ਜਿਹੜੀ ਮੈਂ ਇੱਕ ਹੋਰ ਦੱਸਣਾ ਚਾਹਣਾ ਵੀ ਕੈਨੇਡੀਅਨ ਕੈਨੇਡਾ ਤੋਂ ਵੀ 6 ਇਨਲਿਸਟਡ ਇਨ ਫਰਸਟ ਵਰਲਡ ਵਾਰ ਉਹ ਅੱਛਾ ਜੀ ਹਾਂਜੀ ਇਹ ਇਹ ਗਹਿਰੀ ਰਿਸਰਚ ਜਿਹੜੀ ਆ ਇਹਦੇ ਬਾਰੇ ਹੋਈ ਆ ਤੇ 10 10 6 ਜਿਹੜੇ ਆ ਉਹ ਐਨਲਿਸਟ ਹੋਏ ਸੀਗੇ ਇੱਕ ਜਿਹੜੀ ਗੱਲ ਵੈਰੀ ਇੰਪੋਰਟੈਂਟ ਹੈ ਵੀ ਜਦੋਂ 1914 1915 ਵੈਨਲਿਸਮੈਂਟਸ ਹੋਈਆਂ ਆ ਉਦੋਂ ਸਿਕਸ ਸਿਕਸ ਦੇ ਲਈ ਕੋਈ ਕੋਈ VOTING RIGHTS ਨਹੀਂ ਸੀਗੇ ਇੱਥੇ ਤੇ ਉਹਨਾਂ ਦੇ ਉਹਨਾਂ ਦੇ ਕੋ ਬੇਸਿਕਲੀ ਕੋਈ ਰਾਈਟਸ ਨਹੀਂ ਸੀਗੇ ਸੋ ਉਹਨਾਂ ਚੋਂ 10 ਸਿਕਸ ਜਿਹੜੇ ਥੇਰ ਫਰੋਮ ਕੋਈ ਵਿਨਿਪੈਕ ਤੋਂ ਵਿਕਟੋਰੀਆ ਵੈਂਕੂਵਰ ਤੇ 온ਟਾਰੀਓ ਤੋਂ ਲਿਸਟ ਹੋ ਕੇ ਤੇ ਉਹ ਜਾ ਕੇ ਉੱਥੇ ਵਿਸ਼ਵ ਯੋਧ ਦੇ ਵਿੱਚ ਲੜੇ ਸੀਗੇ ਸੋ ਉਹ ਕੈਨੇਡੀਅਨ ਫੌਜਾਂ ਦੇ ਨਾਲ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਜਿਹੜੇ ਸਿੱਖ ਸੋਲਜਰ ਸੀ ਹਾਂਜੀ ਜਿਹੜੇ ਪੰਜਾਬ ਤੋਂ ਆਈ ਵੱਖੋ ਵੱਖਰੀਆਂ ਜਿਹੜੀਆਂ ਬਟੈਲੀਅਨਸ ਆਈਆਂ ਉਹਦੇ ਵਿੱਚ ਤੇ ਸੀਗੇ ਇੱਥੋਂ ਵੀ ਗਏ ਹਾਂਜੀ ਇੱਥੋਂ ਦਾ ਸਿੱਖ ਇੱਥੇ ਦੀਆਂ ਕੈਨੇਡੀਅਨ ਬਟੈਲੀਅਨਸ ਦੇ ਵਿੱਚ ਇਨਡਕਟ ਹੋ ਕੇ ਤੇ ਉੱਥੇ ਜਾ ਕੇ ਲੜੇ ਨੇ ਹਾਂਜੀ ਉਹਨਾਂ 'ਚੋ ਕੈਜੂਲਟੀ ਵੀ ਹੋਈ ਪਰ ਐਂਡ ਜ਼ਖਮੀ ਹੋਏ ਦੁਬਾਰਾ ਜਾ ਕੇ ਲੜੇ ਸੋ ਇਹੋ ਜਿਹੀਆਂ ਕਹਾਣੀਆਂ ਸੀਗੀਆਂ 10 ਸਿੱਖ ਜਿਹੜੇ ਸੀਗੇ ਜੀ ਤੇ ਆਈ ਵਾਂਟ ਟੂ ਟੇਕ ਅ ਮਿੰਟ ਐਂਡ ਆ ਵਾਂਟ ਟੂ ਆਨਰ ਥੀਸ ਗਾਈਜ਼ ਮੈਂ ਉਹਨਾਂ ਦੇ ਨਾਂ ਲੈਣਾ ਚਾਹੂੰਗਾ ਬਿਲਕੁਲ ਬਿਲਕੁਲ ਜੀ ਸੋ ਇਹ ਸੀਗੇ ਜੀ ਬਾਬੂ ਸਿੰਘ ਹਮਮ ਇਹ ਸੀਗੇ ਗੁਰਜੀਤ ਸਿੰਘ ਮੁਕਮ ਸਿੰਘ ਹਰੀ ਸਿੰਘ ਹਰਨਾਮ ਸਿੰਘ ਜੌਨ ਸਿੰਘ ਹਮ ਲక్ష్మణ ਸਿੰਘ ਰਾਮ ਸਿੰਘ ਸੇਵਾ ਸਿੰਘ ਤੇ ਵਰਿਆਮ ਸਿੰਘ ਹਮ ਇਹ 10 ਸਿੱਖ ਸੀਗੇ ਜਿਹੜੇ ਲੜੇ ਉੱਥੇ ਆ ਇਟਸ ਫੈਸਿਨੇਟਿੰਗ ਹਨਾ ਮਤਲਬ ਗੱਲ ਇਹ ਜਦੋਂ ਹੁਣ ਦੇਖੋ ਇਹ ਗੱਲ ਹੁਣ ਸਾਹਮਣੇ ਆਉਣੀਆ ਸ਼ੁਰੂ ਹੋਈ ਹੈ ਇਹ ਬਹੁਤ ਸਾਰੇ ਲੋਕਾਂ ਨੂੰ ਅੱਜ ਪਹਿਲੀ ਵਾਰ ਸ਼ਾਇਦ ਪਤਾ ਲੱਗ ਰਿਹਾ ਹੋਵੇਗਾ 108 ਸਾਲ ਬਾਅਦ ਤੇ ਵਿਸ਼ਵ ਯੁੱਧ ਦੇ ਇਹਦੇ ਪਿੱਛੇ ਬੜੇ ਰੀਜ਼ਨਸ ਰਹੇ ਜੀ ਵੀ ਹਨਾ ਇਸ ਕੰਟਰੀਬਿਊਸ਼ਨ ਨੂੰ ਸਪਰੈਸ ਕਿਉਂ ਕੀਤਾ ਗਿਆ ਪਰ ਆਈ ਥਿੰਕ ਜਿਹੜੀ ਆਪਾਂ ਅੱਜ ਹੁਣ ਗੱਲ ਕਰਨੀ ਆ ਉਹਦੇ ਵਿੱਚ ਜੇ ਰਾਜ ਦੀ ਆਪਾਂ ਗੱਲ ਕਰੀਏ ਬਹੁਤ ਸਾਰੇ ਹੋਰ ਅਜਿਹੀਆਂ ਐਗਜ਼ੈਂਪਲਸ ਨੇ vanjara nomad.com ਜਿਹੜੀ ਵੈਬਸਾਈਟ ਆ ਤੁਸੀਂ ਇੱਕ ਡਿਜੀਟਲ ਲਾਇਬ੍ਰੇਰੀ ਹੈ ਜਿਹੜੀ ਦੁਰਲਭ ਕਿਤਾਬਾਂ ਦੀ ਦੁਰਲਭ ਮਟੀਰੀਅਲ ਦੀ ਕ੍ਰੀਏਟ ਕਰ ਦਿੱਤੀ ਆ ਜਿਹੜੀ ਕਿ ਸਿੱਧਾ-ਸਿੱਧਾ ਇਤਿਹਾਸ ਇੱਕਦਮ ਸਾਹਮਣੇ ਲਿਆ ਕੇ ਰੱਖ ਦਿੰਦੀ ਆ ਸੋ ਉਹਦੇ ਵਿੱਚ ਵਰਲਡ ਵਾਰ ਨਾਲ ਰਿਲੇਟਡ ਵਰਲਡ ਵਾਰ ਦੇ ਜਿਹੜੇ ਸ਼ਹਾਤਾਤਾਂ ਹੋਈਆਂ ਉਹਦੇ ਨਾਲ ਰਿਲੇਟਡ ਕਿਹੋ ਜਿਹਾ ਕੰਟੈਂਟ ਇਸ ਵੇਲੇ ਸੁਣਨ ਵਾਲੇ ਉੱਥੇ ਜਾ ਕੇ ਐਕਸਪਲੋਰ ਕਰ ਸਕਦੇ ਨੇ ਆਪਣੇ ਕੋਲ ਮੈਡਲ ਨੇ ਜੀ ਕੁਝ ਕਿਤਾਬਾਂ ਨੇ ਤੇ ਕੁਝ ਦਸਤਾਵੇਜ਼ ਨੇ ਜਿਹੜੇ ਹੱਥ ਲਿਖਤ ਨੇ ਹੂੰ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਕਰ ਸਕਦੇ ਆ ਬਾਕੀ ਡਾਇਰੈਕਟਲੀ ਰਿਲੇਟਡ ਕਈ ਚੀਜ਼ਾਂ ਨਹੀਂ ਹੈਗੀਆਂ ਪਰ ਕਈ ਅਫਸਰਾਂ ਦੀਆਂ ਜਿਨ੍ਹਾਂ ਦੀ ਸ਼ਮੂਲੀਅਤ ਸੀਗੀ ਫਰਸਵਰਡ ਵਾਚ ਜੀ ਉਹਨਾਂ ਦੀਆਂ ਜਾਂ ਸੈਕੰਡ ਵਾਚ ਉਹਨਾਂ ਦੀਆਂ ਕਿਰਪਾਨਾਂ ਜਾਂ ਉਹਨਾਂ ਦੀਆਂ ਪੁਰਾਣੀਆਂ ਵਾਕਿੰਗ ਸਟਿਕਸ ਉਹ ਚੀਜ਼ਾਂ ਹੈਗੀਆਂ ਨੇ ਜੀ 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 ਸੋ ਉਸ ਤਰ੍ਹਾਂ ਨਾਲ ਇਹਨਾਂ ਨੂੰ ਇਕੱਠਾ ਕੀਤਾ ਜਾ ਗਿਆ ਹੋਇਆ ਹੂੰ ਪਰ ਜਿਹੜੀ ਇੱਕ ਸਨੀਹੁਣੀ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੀ ਆਪਾਂ ਜਿਹੜੇ ਦਿਨੀ ਮਨਾਉਂਦੇ ਆ ਨਾ ਇਹ ਜੰਗਾਂ ਨੂੰ ਗਲੋਰੀਫਾਈ ਕਰਨ ਲਈ ਨਹੀਂ ਮਨਾ ਰਹੇ ਹੂੰ ਕਿਉਂਕਿ ਇਹ ਜੰਗਾਂ ਆਪਣੀਆਂ ਤਾਂ ਸੀਗੀਆਂ ਨਹੀਂ ਜੀ ਪਰ ਜੇ ਨੂੰ ਜਸਰ ਮੈਂ ਇਹਨੂੰ ਦੇਖਦਾ ਨਾ ਕਿ ਦੋ ਯੂਰਪ ਦੀਆਂ ਵੱਡੀਆਂ ਸੋਚਾਂ ਨੇ ਜੀ ਸਾਰੀ ਦੁਨੀਆ ਨੂੰ ਦੋ ਯੰਗਾਂ 'ਚ ਧੱਕਿਆ ਜੀ ਜਿਹਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਬੜੀ ਬਾ ਕਮਾਲ ਸੀ ਉਹ ਬੜੀ ਜੋਸ਼ ਬਹਾਦਰੀ ਤੇ ਸਿੱਦਤ ਨਾਲ ਲੜਾਈ ਜੀ ਇਹ ਵੀ ਮੈਂ ਸੋਚਦਾ ਕਿ ਜੇ ਉਹ ਨਾ ਲੜਦੇ ਔਰ ਜਾਂ ਜਿੱਥੇ-ਜਿੱਥੇ ਜਿੰਨੇ-ਜਿੰਨੇ ਉਹਨਾਂ ਨੇ ਮਾਰ ਕੇ ਮਾਰੇ ਅੱਜ ਯੂਰਪ ਦੇ ਵਿੱਚ ਜਰਮਨ ਬੋਲੀ ਜਾਂਦੀ ਹੋਣੀ ਸੀਗੀ ਜੀ ਸੋ ਸੋ ਮੈਂ ਇਹਨੂੰ ਇਸ ਤਰ੍ਹਾਂ ਵੀ ਦੇਖਦਾ ਕਿ ਜਿਹੜੀਆਂ ਉਹ ਯੂਰੋਪੀਅਨ ਕੌਮਾਂ ਨੇ ਸਾਰੇ ਇੰਡੀਅਨਾਂ ਦਾ ਕਿਉਂਕਿ ਮੈਂ ਸਿੱਖ ਆ ਮੈਂ ਆਪਣੀ ਗੱਲ ਕਰਾਂਗਾ ਸਿੱਖਾਂ ਦੇ ਉਹ ਕਰਜ਼ਾਰ ਨੇ ਇਸ ਟਾਈਮ ਹੂੰ ਸੋ ਇਹ ਗੱਲ ਸਾਨੂੰ ਯਾਦ ਕਰਨੀ ਵੀ ਚਾਹੀਦੀ ਹੈ ਤੇ ਉਹਨਾਂ ਨੂੰ ਕਰਾਉਣੀ ਵੀ ਚਾਹੀਦੀ ਆ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਇਹ ਕਿਉਂ ਨਹੀਂ ਨਸ਼ਰ ਹੋਇਆ ਬਾਹਰ ਆਇਆ ਜੀ ਉਹਦਾ ਇੱਕ ਕਾਰਨ ਮੇਰੇ ਖਿਆਲ ਪੈਨਸ਼ਨ ਵੀ ਸੀਗੀਆਂ ਕਿਉਂਕਿ ਜਦੋਂ ਉਹ ਫੌਜੀ ਲੜਿਓ ਐਜ਼ ਅ ਬ੍ਰਿਟਿਸ਼ ਇੰਡੀਆ ਸਬਜੈਕਟ ਆਪਾਂ ਕਹਿ ਲੈਂਦੇ ਆ ਪੋਲਾਈਟਲੀ ਨਾ ਪਰ ਸੀਗੇ ਤਾਂ ਗੁਲਾਮ ਉਹ ਜੀ ਸੋ ਜਦੋਂ 47 ਦੀ ਪੰਜਾਬ ਦੀ ਵੰਡ ਹੋਈ ਆ ਤੇ ਇੰਡੀਆ ਦੀ ਵੰਡ ਹੋਈ ਆ ਉਦੋਂ ਜਦੋਂ ਉਹ ਭਾਰਤ ਸਰਕਾਰ ਕੋ ਗਏ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਪੈਨਸ਼ਨ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਬ੍ਰਿਟਿਸ਼ ਇੰਡੀਆ ਲਈ ਲੜੇ ਸੀਗੇ ਤੇ ਜਦੋਂ ਉਹ ਬ੍ਰਿਟਿਸ਼ ਇੰਡੀਆ ਕੋ ਗਏ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਤਾਂ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਸਾਡੇ ਸਿਟੀਜ਼ਨ ਸੀਗੇ ਨਹੀਂ ਜੀ ਸੋ ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਹੂੰ ਕਿ ਉਹਨੂੰ ਦਬਾਉਣ ਦਾ ਜੀ ਬਾਕੀ ਕਹਾਣੀ ਉਹੀ ਲਿਖਦਾ ਜਿਹੜਾ ਜੇਤੂ ਹੁੰਦਾ ਜੀ ਜੀ ਬਿਲਕੁਲ ਸੋ ਪਰ ਇੱਕ ਮੈਂ ਹੋਰ ਵੀ ਸੋਚਦਾ ਜਦੋਂ ਮੈਂ ਉਹਨਾਂ ਨੂੰ ਦੇਖਦਾ ਨਾ ਉਹਨਾਂ ਦੀਆਂ ਕਹਾਣੀਆਂ ਪੜ੍ਹਦੇ ਆ ਜਾਂ ਟੀਵੀ ਤੇ ਆਪਾਂ ਦੇਖਦੇ ਆ ਕਿ ਜਿੰਨੀ ਬਹਾਦਰੀ ਨਾਲ ਲੜੇ ਅ ਗੁਰੂ ਦੇ ਓਟ ਆਸਰੇ ਨਾਲ ਲੜੇ ਉਹ ਉਹ ਬੜੀ ਕਮਾਲ ਹੈ ਉਹ ਜੀ ਬਿਲਕੁਲ ਬਿਲਕੁਲ ਹੋ ਸਕਦਾ ਉਹਨਾਂ ਨੇ ਇਸ ਕਰਕੇ ਲੜਾਈਆਂ ਲੜੀਆਂ ਹੋਣ ਕਿ ਸ਼ਾਇਦ ਇਹ ਸਾਨੂੰ ਆ ਆਜ਼ਾਦੀ ਦੇ ਦੇਣ ਸਾਡੀ ਮਿਲ ਜਾਏਗੀ ਜੀ ਬਿਲਕੁਲ ਫਰਸਟ ਵਰਲਡ ਵਾਰ ਦੇ ਵਿੱਚ ਤੇ ਸਪੈਸ਼ਲੀ ਇਹ ਬੜਾ ਇਹ ਬੜਾ ਪਰਪਲ ਸੀਗੀ ਪੀਨਿੰਗ ਇਹ ਹੈ ਜੀ ਵੀ ਸਾਨੂੰ ਸ਼ਾਇਦ ਆਜ਼ਾਦੀ ਦੇ ਦੇਣ ਹੋ ਜੀ ਜੀ ਤੇ ਜੇ ਆਜ਼ਾਦੀ ਮਿਲ ਜਾਂਦੀ ਫਿਰ ਇਹਨਾਂ ਦੀ ਜਿਹੜੇ ਸਾਰੇ ਸ਼ਹੀਦ ਸੀ ਆ ਜਿਨ੍ਹਾਂ ਨੇ ਵਰਲਡ ਵਾਰ ਦੇ ਵਿੱਚ ਜਾ ਕੇ ਅ ਸ਼ਿਰਕਤ ਕੀਤੀ ਫਰਸਟ ਵਰਲਡ ਵਾਰ ਸਪੈਸ਼ਲੀ ਉਹਨਾਂ ਦੀ ਫਿਰ ਕੰਟਰੀਬਿਊਸ਼ਨ ਦਾ ਮੁੱਲ ਵੀ ਪਹਿ ਜਾਣਾ ਸੀ ਕਿਉਂਕਿ ਜਿਹੜਾ ਭਾਰਤੀ ਆਵਾਮ ਸੀ ਉਹਨੇ ਵੀ ਇਹ ਸੋਚਿਆ ਵੀ ਤੁਸੀਂ ਉਹਨਾਂ ਲਈ ਜਾ ਕੇ ਲੜ ਕੇ ਆਏ ਹੋ ਉਹ ਜਿਹੜੇ ਇੱਥੇ ਸਾਨੂੰ ਆਪਰੈਸ ਕਰਦੇ ਪਏ ਨੇ ਸੋ ਨਾ ਤੇ ਉਹਨਾਂ ਨੂੰ ਇੱਕੋ ਪਬਲਿਕ ਸਪੋਰਟ ਮਿਲੀ ਨਾ ਤਾਂ ਪਬਲਿਕ ਨੇ ਉਹਨਾਂ ਨੂੰ ਐਜ਼ ਹੀਰੋਜ਼ ਵੇਖਿਆ ਤੇ ਜਿਵੇਂ ਤੁਸੀਂ ਦੱਸਿਆ ਵੀ ਸਰਕਾਰੀ ਪੱਖ ਉਹਨਾਂ ਨੂੰ ਹੀਰੋਜ਼ ਵਜੋਂ ਨਾ ਵੇਖਣ ਦਾ ਇਹ ਸੀ ਕਿ ਜੇ ਉਹਨਾਂ ਨੂੰ ਜ਼ਿਆਦਾ ਪ੍ਰਪਲ ਕੀਤਾ ਗਿਆ ਤਾਂ ਫਿਰ ਅਜੇ ਤਾਂ ਉਹਨਾਂ ਦਾ ਆਪਣਾ ਮਕਸਦ ਸੀ ਉਹਨਾਂ ਮੁਲਕਾਂ ਦੇ ਵਿੱਚ ਹੋਰ ਹਕੂਮਤ ਕਰਨ ਦਾ ਹੋਰ ਖਿਆਲ ਹੈ ਕਿ ਜਦੋਂ ਇਹ ਪਹਿਲੀ ਜੰਗ ਸ਼ੁਰੂ ਹੋਈ ਉਦੋਂ ਜਰਮਨ ਫੌਜਾਂ ਦਾ ਤੇ ਬ੍ਰਿਟਿਸ਼ ਫੌਜਾਂ ਦਾ ਜਿਹੜਾ ਰੇਸ਼ਿਓ ਸੀਗੀ ਉਹ 10 ਟੂ 1 ਸੀਗੀ ਹੂੰ ਸੋ ਉਹ ਕਦੀ ਵੀ ਜਿਹੜੀਆਂ ਉਹ ਗੁਲਾਮ ਜਿਹੜੀਆਂ ਕਾਮਾ ਸੀ ਉਹਨਾਂ ਨੂੰ ਜਿਹੜੀਆਂ ਉੱਥੇ ਦੀਆਂ ਲੜਾਈਆਂ ਸੀ ਉੱਥੇ ਨਹੀਂ ਲੈ ਜਾਂਦੇ ਹੁੰਦੇ ਸੀ ਜੀ ਪਰ ਕਿਉਂਕਿ ਉਹਨਾਂ ਦਾ ਜਿਹੜਾ ਤਵਾਜ ਨੂੰ ਜੀ ਇੰਬੈਲੈਂਸ ਹੋ ਗਿਆ ਸੀ ਇੰਬੈਲੈਂਸ ਸੀਗਾ ਸੋ ਉਹਦੇ ਕਰਕੇ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਸਾਰਿਆਂ ਨੂੰ ਉਹਦੇ ਵਿੱਚ ਸ਼ਾਮਿਲ ਕਰਨਾ ਪਿਆ ਜੰਗ ਤਾਂ ਬੇਸਿਕਲੀ ਇੰਪੀਰੀਅਲ ਪਾਵਰਸ ਹੀ ਸੀਗੀ ਬਿਲਕੁਲ ਬਿਲਕੁਲ ਉਹਨਾਂ ਨੇ ਜਿਹੜੇ ਆਪੋ ਆਪਣੇ ਇੰਪੀਰੀਅਲ ਇਹ ਤਾਂ ਜਿਹੜੇ ਮੁਲਕਾਂ ਦੇ ਉੱਪਰ ਭਾਵੇਂ ਉਹ ਜਰਮਨੀ ਦਾ ਜਿੱਥੇ ਇੱਥੇ ਦਬਦਬਾ ਪੈਂਦਾ ਸੀ ਕਿਉਂਕਿ ਉਹਨਾਂ ਦਾ ਆਲੇ-ਦੁਆਲੇ ਦੇ ਖਿੱਤੇ ਦੇ ਵਿੱਚ ਉਹਨਾਂ ਦੇ ਐਲ ਆਈ ਸੀਗੇ ਯੂਰਪ ਨੂੰ ਸਪੈਸ਼ਲੀ ਬ੍ਰਿਟੇਨ ਨੂੰ ਉਹ ਤੇ ਜਿੱਥੇ-ਜਿੱਥੇ ਉਹਨਾਂ ਦੀ ਹਕੂਮਤ ਸੀ ਉਹਨੂੰ ਐਸੈਟ ਵਜੋਂ ਵੇਖਦੇ ਸੀ ਕਿ ਉੱਥੋਂ ਤੁਹਾਨੂੰ ਹੁਣ ਆਪਣੇ ਵਾਰ ਐਸੈਟਸ ਲੈ ਕੇ ਆਓ ਵਾਰ ਐਸੈਟ ਭਾਵੇਂ ਉਹ ਰਿਸੋਰਸ ਹੋਵੇ ਭਾਵੇਂ ਉਹ ਫੌਜ ਦੀ ਸ਼ਕਲ ਦੇ ਵਿੱਚ ਭਾਵੇਂ ਹਿਊਮਨ ਰਿਸੋਰਸ ਹੋਵੇ ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿ ਉੱਥੇ ਇੰਪੀਰੀਅਲ ਪਾਵਰਜ਼ ਦੀ ਲੜਾਈ ਦੇ ਵਿੱਚ ਜਿਹੜੇ ਮੁਲਕਾਂ ਦੇ ਉੱਪਰ ਹਕੂਮਤ ਸੀ ਉਹਨਾਂ ਦੇ ਵਸਿੰਦੇ ਉਹਨਾਂ ਨੂੰ ਜ਼ਬਰਦਸਤੀ ਲੜਾਈ ਦੇ ਵਿੱਚ ਧੱਕ ਦਿੱਤਾ ਗਿਆ। ਹਾਂਜੀ। ਸੈਨੀ ਖਰੋਣ ਜੀ ਇਹ ਦੱਸਿਓ ਕੁਝ ਜਿਹੜੇ ਮੈਮੋਰੀਬਿਲੀਆਂ ਜਿਹੜਾ ਤੁਸੀਂ ਲੈ ਕੇ ਵੀ ਆਏ ਹੋ ਨਾਲ। ਹਾਂਜੀ। ਉਹਦੇ ਵਿੱਚ ਇੱਕ ਜான் ਸਮਿਥ ਲੈਫਟਨੈਂਟ ਜான் ਸਮਿਥ ਦੀ ਕਹਾਣੀ ਕੀ ਆ ਜਿਨ੍ਹਾਂ ਨੇ ਕਿ ਇੱਕ ਪਲੈਟੂਨ ਕਮਾਂਡਰ ਸੀਗੇ ਮਈ 1915 ਦੇ ਵਿੱਚ ਇੱਕ ਉਹ ਕਿਹੜਾ ਹਮਲਾ ਸੀ ਜਿਹੜਾ ਇਹਨਾਂ ਨੇ ਕੀਤਾ ਇਹਨਾਂ ਨਾਲ 10 ਇੱਕ ਸੋਲਜਰ ਸੀ। ਹਾਂਜੀ। ਸੋ ਇਹ ਲਫਟਨ ਜੌਨਸ ਮਾਈਟ ਜਿਹੜੇ ਸੀਗੇ ਇਹ 15 ਲੁਧਿਆਣਾ 6 ਜਿਹੜੀ ਕਿ ਵਨ ਆਫ ਦਾ ਫਰਸਟ ਸਿਕਰਾਈਜ਼ਮੈਂਟ ਜਿਹੜਾ ਫਾਰਮ ਹੋਈ ਸੀਗੀ ਅੱਛਾ ਜੀ ਆਫਟਰ ਸਿਕਹ ਰਾਜ ਵਾਸ ਜਦ ਖਤਮ ਹੋਇਆ ਜਦੋਂ ਤੇ ਉਹ ਇਹ 15 ਲੁਧਿਆਣਾ 6 ਜਿਹੜੀ ਸੀ ਉਸ ਵੇਲੇ ਜਰਮਨ ਟ੍ਰੈਂਚਸ ਦੇ ਉਤੇ ਫਰਾਂਸ ਦੇ ਵਿੱਚ ਦੇ ਨੇੜੇ ਸੀਗੇ ਤੇ ਕਟਆਫ ਹੋ ਗਈ ਸੀ ਨਾ ਦੀ ਜਿਹੜੀ ਬਟਾਲੀਅਨ ਸੀਗੀ ਅੱਛਾ ਜੀ ਸੋ ਇਹਨਾਂ ਨੇ ਜਿਹੜੀ ਕਟਆਫ ਟ੍ਰੈਂਚਸ ਵਰ ਕਟਆਫ ਤੇ ਇਹਨਾਂ ਨੇ ਜਾ ਕੇ ਇਹ ਅਮੋ ਜਿਹੜਾ ਖਤਮ ਹੋ ਰਿਹਾ ਸੀਗਾ ਬਾਕੀ ਦੀ ਜਿਹੜੀ ਰੈਜiment ਇਹਨਾਂ ਦੀ ਗਾਹਾਂ ਲੜ ਰਹੀ ਸੀ ਸੋ ਦੇ ਔਰ ਗੇਟਿੰਗ ਹੈਵੀ ਫਾਇਰ ਸੋ ਜੌਨ ਸਮਿਥ ਨੇ ਆਪਣੇ ਇਹਨਾਂ ਨੂੰ ਆਰਡਰ ਆਇਆ ਇਹਨਾਂ ਨੇ ਆਪਣੇ ਬੰਦਿਆਂ ਮੁੰਡਿਆਂ ਨੂੰ ਪੁੱਛਿਆ ਆ ਸਿੱਖਾਂ ਨੂੰ ਵੀ ਵੀ ਕਿਹੜਾ ਬੰਦਾ ਜਾਣਾ ਚਾਹੁੰਦਾ ਮੇਰੇ ਨਾਲ ਕਿ ਹੈਗਾ ਮਿਸ਼ਨ ਬਹੁਤ ਡੇਂਜਰਸ ਹੈ ਮੌਤ ਵੀ ਹੋ ਸਕਦੀ ਹੈ ਐਵਰੀ ਵਨ ਆਫ 뎀 ਸਾਰੇ ਮੋਰੇ ਆ ਗਏ ਕਹਿੰਦੇ ਆ ਹੀ ਜਾਵਾਂਗੇ ਉਹਨਾਂ ਨੇ 10 ਬੰਦੇ ਸਿਲੈਕਟ ਕੀਤੇ ਗਏ ਨਨ ਆਫ 뎀 ਤੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਸਮਾਨ ਪਹੁੰਚਾਇਆ ਵੀ ਟਾਕਿੰਗ ਆਰਟੀ ਫਾਇਰ ਵੀ ਟਾਕਿੰਗ ਮਸ਼ੀਨ ਗਨ ਫਾਇਰ एवरीथिंग ਉਹਦੇ ਵਿੱਚੋਂ ਜਾ ਕੇ ਆਪਣੇ ਬੰਦੇ ਮੁੰਡੇ ਸਿਗੇ ਉਹ ਸਾਰੀ ਫੌਤ ਹੋਏ ਹਮ ਚੌਂਸਮੈਥੋਣੀ ਜਾ ਕੇ ਅਬ ਗ੍ਰਨੇਡਸ ਉਹਨਾਂ ਨੂੰ ਦਿੱਤੇ ਸਾਰੀ ਸਾਰਾ ਰੀਇਨਫੋਰਸਮੈਂਟਸ ਹੋਈਆਂ ਦੇ ਹੈਡ ਇਨਾਫ ਐਮੋ ਟੂ ਫਾਈਟ ਓਵਰਨਾਈਟ ਤਾਂ ਕਿ ਜਾਤੇ ਰੀਇਨਫੋਰਸਮੈਂਟਸ ਆ ਸਕਣ ਹਮ ਜੇ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਜਿਹੜੀ ਨੋਟ ਕਰਨ ਵਾਲੀ ਉਹ ਹੈ ਕਿ ਜੌਨ ਸਮਿਥ ਦੇ ਜਿਹੜੇ ਇੱਕ ਪਰਸਨਲ ਟੈਂਡੈਂਟ ਸੀਗੇ ਜੀ ਆ ਸਪਾਈ ਈਸ਼ਰ ਸਿੰਘ ਹਮ ਜੌਨ ਸਮਿਥ ਕਿਸੇ ਤਰ੍ਹਾਂ ਬਚ ਪਚਾ ਕੇ ਵਾਪਸ ਆ ਗਏ ਤੇ ਉਹ ਉਸ ਵੇਲੇ ਉੱਥੇ ਬੈਠੇ ਪਾਠ ਕਰ ਰਹੇ ਸੀਗੇ ਹਮ ਤੇ ਜਦੋਂ ਉਹਨਾਂ ਨੇ ਇਹ ਜੌਨ ਸਮਿਥ ਦੇ ਆਪਣੇ ਵਰਡਸ ਨੇ ਜੀ ਪਈ ਮੈਂ ਜਦੋਂ ਵਾਪਸ ਆਇਆ ਤੇ ਈਸ਼ਰ ਸਿੰਘ ਪਾਠ ਕਰ ਰਹੀ ਮੈਨੂੰ ਦੇਖ ਕੇ ਖੜੇ ਹੋ ਕੇ ਜਕਾਰਾ ਮਾਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਮ ਤੇ ਕਹਿੰਦਾ ਵੀ ਮੈਂ ਕਿਸੇ ਵੀ ਇਹ ਆ ਉਹਦੇ ਆਪਣੇ ਵਰਡ ਦੇ ਮੈਂ ਕਿਸੇ ਵੀ ਬੈਟਲ ਜਾਣ ਨੂੰ ਤਿਆਰ ਆ ਹੂੰ ਤੇ ਮੇਰੇ ਨਾਲ ਜੇ ਮੇਰੇ ਸਿਕ ਸੋਲਜਰਸ ਹੋਣ ਮਲ ਫਾਈਟ देयर ਹੂੰ ਸੋ ਉਹ ਸਿੱਖਾਂ ਦੀ ਜਿਹੜੀ ਬਹਾਦਰੀ ਆ ਜੀ ਉਹ ਇਸ ਤਰ੍ਹਾਂ ਨਾਲ ਕੋਰੀਡੋਰਸ ਬ੍ਰਿਟਿਸ਼ ਕੋਰੀਡੋਰਸ ਦੇ ਵਿੱਚ ਉਹ ਗੂੰਜਦੀ ਹੈ ਯ ਆਰਮੀ ਕੋਰੀਡੋਰਸ ਦੇ ਵਿੱਚ ਗੂੰਜਦੀ ਹੈ ਜਿੱਥੇ ਮਰ ਜੀ ਥੈਟ ਇਟਸ ਇਟਸ ਅਨ ਰਿਮਾਰਕਬਲ ਸਮੇ ਸਮੇਂ ਸਿਰ ਦੇਖੋ ਬਹੁਤ ਸਾਰੀਆਂ ਜੀਆਂ ਮਿਸਾਲਾਂ ਉਹ ਉਹ ਦੀਆਂ ਰਹੀਆਂ ਜਦੋਂ ਇਸ ਬਹਾਦਰੀ ਦੇ ਬਿਲਕੁਲ ਸਿੱਧੇ ਸਿੱਧੇ ਤੌਰ ਤੇ ਦ੍ਰਿਸ਼ਾਂਤ ਸਾਹਮਣੇ ਆਉਂਦੇ ਰਹੇ World War 1914 ਚ ਹੋਈ ਜੀ ਉਸ ਤੋਂ ਪਹਿਲਾਂ ਕਿਉਂਕਿ ਬ੍ਰਿਟਿਸ਼ ਨੂੰ ਪਤਾ ਸੀ ਜਿਹੜੀ ਸਾਰਾ ਗੜੀ ਦੀ ਲੜਾਈ 1897 ਦੇ ਵਿੱਚ ਹੋਈ ਉਹ ਵੇਖ ਚੁੱਕੇ ਸੀ ਵੀ ਕਿਸ ਤਰ੍ਹਾਂ ਜਜ਼ਬੇ ਦੇ ਨਾਲ ਵੀ ਜਦੋਂ ਪਤਾ ਇਹ ਕਿ ਮੌਤ ਬਿਲਕੁਲ ਸਾਹਮਣੇ ਦਿਖ ਰਹੀ ਆ ਤੇ ਬਹੁਤ ਸੌਖਾ ਸੀ ਉਦੋਂ ਰਿਟਰੀਟ ਕਰ ਜਾਣਾ ਪਰ ਰਿਟਰੀਟ ਨਾ ਕਰਕੇ ਉਦੋਂ ਮੁਕਾਬਲਾ ਕੀਤਾ ਤੇ ਜਿਹੜੇ ਉਹ ਕਿਲੇ ਸੀ ਉਹ ਬਚਾ ਲਏ ਗਏ ਸੀ ਹਾਂਜੀ ਹੁਣ ਜਦੋਂ ਉਹੀ ਜਿਹੜੀ ਜਿਹੜਾ ਉਹ ਟ੍ਰੈਂਡ ਸੀ ਉਹ ਪਤਾ ਸੀ ਬ੍ਰਿਟਿਸ਼ ਨੂੰ ਵੀ ਤੇ ਇਹੀ ਗੱਲ ਹੈ ਵੀ ਉਹਨਾਂ ਨੇ ਮਾਰਸ਼ਲ ਕਮਾ ਆਈਡੈਂਟੀਫਾਈ ਕੀਤੀਆਂ ਸੀ ਵੀ ਕਿੱਥੋਂ ਰਿਕਰੂਟਮੈਂਟ ਕਰਨੀ ਆ ਕਿਹਨੂੰ ਕਿਹਨੂੰ ਅੱਗੇ ਜੰਗ ਦੇ ਵਿੱਚ ਭੇਜਣਾ ਜਿਹਦੇ ਵਿੱਚੋਂ ਭਾਵੇਂ ਉਹ ਉਧਰੋਂ ਪਠਾਨ ਹੋਣ ਉਹਨਾਂ ਨੂੰ ਲਿਆਂਦਾ ਗਿਆ ਗੁਰਖਾਜ਼ ਨੂੰ ਲਿਆਂਦਾ ਗਿਆ ਤੇ ਸਿੱਖਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਲਿਆਂਦਾ ਗਿਆ ਇਸ ਵਾਰ ਦੇ ਵਿੱਚ ਇੱਕ ਹੋਰ ਸਨਹੀ ਜੀ ਕਹਾਣੀ ਆ ਤਰਲੋਕ ਸਿੰਘ ਜੀ ਦੀ ਤਰਲੋਕ ਸਿੰਘ ਜੀ ਦੀ ਕੀ ਸਟੋਰੀ ਹੈ ਜੀ ਇਸ ਵਾਰ ਦੇ ਸੰਦਰਭ ਵਿੱਚ ਇਹ ਜਿਹੜਾ ਮੈਡਲ ਆ ਰਾਜਪਾਈ ਨੇ ਐਕਵਾਇਰ ਕੀਤਾ ਜੀ ਤੇ ਕਾਫੀ ਇਹਦੇ ਉੱਤੇ ਅਸੀਂ ਫਿਰ ਰਿਸਰਚ ਹੋਈ ਆ ਹੂੰ ਤੇ ਜਿਹੜੇ trilok singh ਦਾ ਜਿਹੜਾ ਮੈਡਲ ਹੈ ਬੜਾ ਹੀ ਇਹ ਮੈਡਲ ਇਹ ਪਹਿਲਾਂ ਤਾਂ trilok singh ਜੀ ਜਿਹੜੇ ਸੀਗੇ ਇਹ ਸੀਗੇ ਜਲੰਧਰ ਬ੍ਰਿਗੇਡ ਦੀਆਂ ਤਿੰਨ ਤਿੰਨ ਰੈਜiment ਸੀਗੀਆਂ ਅੱਛਾ ਜੀ ਉਹਨਾਂ ਵਿੱਚੋਂ ਇਹ ਰੈਜiment ਸੀਗੀਆਂ 47 6 15 ਲੁਧਿਆਣਾ 6 ਜਿਨਾਂ ਦੀ ਹੋਣੀ ਗੱਲ ਕਰਕੇ ਹਟਿਆਂ ਆਪਾਂ ਜੀ ਤੇ 59 ਸਿੰਧ ਰਾਈਫਲਸ ਹੂੰ ਹੂੰ ਤੇ ਫੌਜ ਮਾਂਚੈਸਟਰ ਬੀ ਸੀ ਪਰ 59 ਸਿੰਧ ਰਾਈਫਲਸ ਦੇ ਸਗੇ ਤਰਲੋਕ ਸਿੰਘ ਜੀ ਸੋ ਇਹ ਨਰਵਿਸ਼ ਹਪਿਆਲ ਦੀ ਜਿਹੜੀ ਲੜਾਈ ਨਰਵਿਸ਼ਪੈਲ ਜਿਹੜੀ ਵਿਲੇਜ ਹੈਗੀ ਆ ਉੱਥੇ ਮੈਮੋਰੀਅਲ ਵੀ ਆ ਜੀ ਤੇ ਇਹ ਉੱਥੇ ਸ਼ਹੀਦ ਹੋਏ ਸੀਗੇ ਤਰਲੋਕ ਸਿੰਘ ਜਦ ਲੜਾਈ ਦੇ ਵਿੱਚ 1915 ਦੇ ਵਿੱਚ ਜੀ ਸੋ ਇਹਨਾਂ ਨੂੰ ਇਹ ਮੈਡਲ ਜਿਹੜਾ ਆ ਐਸ ਐਨ ਆਨਰ ਦਿੱਤਾ ਗਿਆ ਤੇ ਇਹਨਾਂ ਦਾ ਨਾਮ ਜਿਹੜਾ ਵਾਰ ਮੈਮੋਰੀਅਲ ਤੇ ਪੈਨਲ ਨੰਬਰ 25 ਤੇ ਨਰਵਿਸ਼ਪੈਲ ਦੇ ਰਿਹਾ ਵਾਰ ਮੈਮੋਰੀਅਲ ਹੈ ਉੱਥੇ ਇਤਵ ਰੋਟੀ ਨਾ ਦਾ ਨਾਮ ਹੈਗਾ ਆ ਜੀ ਲਾਈਕ ਟੂ ਲਿਸਟਡ ਐਸ ਵਨ ਆਫ ਦਾ ਦਾ ਵਾਰ ਕੈਜੁਲਟੀਆਂ ਸੋ ਇਹ ਬੜਾ ਹੀ ਅਹਿਮ ਮੈਡਲ ਆ ਕਿਉਂਕਿ ਇਸ ਮੈਡਲ ਦੇ ਪਿੱਛੇ ਇੱਕ ਬਹੁਤ ਹੀ ਬਹਾਦਰੀ ਦੀ ਕਹਾਣੀ ਜਿਹੜੀ ਆ ਤੇ ਲੋਕ ਸਿੰਘ ਦੀ ਉਹ ਹੈਗੀ ਆ ਤੇ ਆ ਇਹ ਮੈਂ ਕਹਿਣਾ ਚਾਹਾਂਗਾ ਵੀ ਅਮ देयर आर ਸੋ ਮਨੀ ਅਦਰ ਮੈਡਲਸ ਬਿਲਕੁਲ ਔਰ ਵੀ ਵਰ ਲੱਕੀ ਇਨਫ ਟੂ ਐਕਚੁਅਲੀ ਅਕਵਾਇਰ ਦਿਸ ਮੈਡਲ ਵਿਦ ਵਿਦ ਆਫ ਅ ਬਰੇਵ ਸੋਲਜਰ ਜੀ ਸਿਕਸ ਸੋਲਜਰ ਜੀ ਯਾਰ ਇਸ ਰਾਨੀ ਕਿੰਨੀਆਂ ਕਹਾਣੀਆਂ ਹੋਰ ਰਾਜਪੰਡਾਲ ਜੀ ਹੈਗੀਆਂ ਨੇ ਆ ਕਿ ਜੇ ਉਹਨਾਂ ਨੂੰ ਪੜ੍ਹੀਏ ਬੰਦਾ ਜਜ਼ਬਾਤੀ ਵੀ ਹੋ ਜਾਂਦਾ ਹੈਰਾਨੀ ਵੀ ਹੁੰਦੀ ਆ ਕਿ ਉਹ ਜਜ਼ਬਾਤ ਤੇ ਉਸ ਤਰ੍ਹਾਂ ਦੀ ਬਹਾਦਰੀ ਉਹ ਦਲੇਰੀ ਆਉਂਦੀ ਕਿੱਥੋਂ ਸੀ ਹੈ ਨਾ ਜਿਹੜੀ ਉਹ ਮਿਸਾਲ ਆਪਣੇ ਆਪ ਦੇ ਵਿੱਚ ਬਣ ਗਈ ਪਰ ਅਗੇਨ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿ ਜਿਹੜਾ ਉਹਨਾਂ ਦਾ ਡਿਊਕ ਬਣਦਾ ਕ੍ਰੈਡਿਟ ਸੀ ਉਸ ਬਹਾਦਰੀ ਵਾਸਤੇ ਉਹ ਮਿਲ ਨਾ ਸਕਿਆ ਉਹਨਾਂ ਨੂੰ ਆ ਇੰਡੀਆ ਦੇ ਵਿੱਚ ਫਰਸਟ ਵਰਲਡ ਵਾਰ ਤੋਂ ਬਾਅਦ ਹੁਣ ਬਹੁਤ ਸਾਰੇ ਲੋਕੀ ਅਸੀਂ ਫੋਟੋ ਖਿਚਾ ਕੇ ਆ ਜਾਂਦੇ ਆ ਦਿੱਲੀ ਜਦੋਂ ਹਾਂ ਜੀ ਆਂਡੀਆਂ ਗਏ ਇੰਡੀਆ ਗੇਟ ਜਿਹੜਾ ਅਮਰ ਜਵਾਨ ਜੋਤੀ ਜਿਹੜੀ ਉੱਥੇ ਜਗ ਰਹੀ ਆ ਪਰ ਉਹ ਇੰਡੀਆ ਗੇਟ ਐਕਚੁਅਲੀ ਉਹ ਨਾ ਸ਼ਹੀਦਾਂ ਦੇ ਨਾਵਾਂ ਦੇ ਨਾਲ ਹੀ ਅੰਕਤ ਆ ਜਿਨ੍ਹਾਂ ਨੇ ਫਰਸਟ ওয়ার্ল্ড ਵਾਰ ਦੇ ਵਿੱਚ ਜਾਨਾਂ ਵਾਰੀਆਂ ਸੀ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਆ ਸਾਨੂੰ ਪਤਾ ਕਿ ਜੰਗ ਦੇ ਅਸਾਰ ਤੇ ਜਿਹੜੀ ਉਸ ਤਰ੍ਹਾਂ ਦਾ ਅਨਰੈਸਟ ਆ ਉਹ ਦੁਨੀਆ ਦੇ ਵਿੱਚ ਅੱਜ ਵੀ ਯੂਕਰੇਨ ਰੂਸ਼ੀਆ ਦੇ ਵਿੱਚ ਉਹੀ ਹਾਲਾਤ ਬਣੇ ਨੇ ਬਿਲਕੁਲ ਤੀਜੇ ਵਿਸ਼ਵ ਯੁੱਧ ਦੀ ਗੱਲ ਕਈ ਵਾਰੀ ਬੜੀ ਲੂਸਲੀ ਕਰ ਦਿੱਤੀ ਜਾਂਦੀ ਆ ਤੇ ਪਰ ਜਦੋਂ ਅਸੀਂ ਆਹ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵੱਲ ਦੇਖਦੇ ਆ ਤੁਹਾਨੂੰ ਲੱਗਦਾ ਵੀ ਸਿੱਖ ਸਕਿਆ ਅਸੀਂ ਕੁਝ ਆ ਜਿਹੜੀ ਓਵਰ ਆਲ ਲਰਨਿੰਗ ਹੋਈ ਹਿਮਨਿਟੀ ਦੀ ਉਹਦੇ ਵਿੱਚੋਂ ਲਰਨਿੰਗ ਇਦਾਂ ਹੋਈ ਜੀ ਵੀ ਜਿਹੜੇ ਅੱਗੇ ਹਥਿਆਰ ਹੁੰਦੇ ਸੀਗੇ ਉਹ ਜੋ ਉਹਨਾਂ ਨੂੰ ਹੁਣ ਨਾਲ ਤੁਸੀਂ ਕੰਪੇਅਰ ਕਰੋ ਉਹ ਬੜੇ ਸਫਿਸਟੀਕੇਟਡ ਹੋ ਗਏ ਨੇ ਹੂੰ ਸੋ ਮੇਰਾ ਖਿਆਲ ਲਰਨਿੰਗ ਦਾ ਆਪਾਂ ਹੀ ਕੀਤੀ ਆ ਹੂੰ ਯੁੱਧ ਦੇ ਉਹਨੂੰ ਜੰਗ ਕਿੱਦਾਂ ਕਰਨੀ ਆ ਉਹਦੇ ਵਿੱਚ ਜਿਹੜੀ ਆਪਣੀ ਸਫਿਸਟੀਕੇਸ਼ਨ ਆਈ ਆ ਹੂੰ ਪਰ ਹੋਰ ਮੇਰਾ ਨਹੀਂ ਖਿਆਲ ਉਹ ਹੋਰ ਤਬਾਹ ਕੌਣ ਹੋ ਗਈ ਪਰ ਹਾਂ ਕਿਉਂਕਿ ਆਪਾਂ ਜਿਹੜਾ ਕਰੰਟ ਡਰ ਤਾਂ ਇਹੀ ਹੁੰਦਾ ਵੀ ਐਟੋਮਿਕ ਐਂ ਜਾਂ ਪਰਮਾਣੂ ਕਹ ਲੋਗੇ ਜੀ 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 ਉਹ ਨਾ ਵਰਤ ਹੋ ਜਵੇ ਜੀ ਅਮ ਸੋ ਪਰ ਜਿਹੜੀ ਜੰਗ ਦੀ ਆਪਾਂ ਗੱਲ ਕਰ ਰਹੇ ਆ ਫਰਸਵੋਲਡ ਵਾਰ ਉਹਦੇ ਵਿੱਚ ਮੈਂ ਤਾਂ ਉਹਨੂੰ ਇਸ ਤਰ੍ਹਾਂ ਦੇਖ ਰਿਹਾ ਔਰ ਇਹੀ ਸੁਨੇਹਾ ਆ ਵੀ ਜਦੋਂ ਅਸੀਂ ਉਸ ਜੰਗ 'ਚ ਗਏ ਆ ਜੀ ਔਰ ਜਿੰਨੀ ਬਹਾਦਰੀ ਨਾਲ ਸਾਡੇ ਬਜ਼ੁਰਗ ਲੜੇ ਨੇ ਉੱਥੇ ਜੀ ਉਹ ਕਿਸੇ ਓਟ ਆਸਰੇ ਨਾਲ ਲੜਿਆ ਕਿ ਉਹ ਪਿੱਛੋਂ ਹਿਸਟਰੀ ਜਿਹੜੀ ਆਪਣੀ ਹਿਸਟਰੀ ਆ ਉਹਦੇ ਉਹ ਚਾਨਣ ਸੀਗਾ ਉਹਨਾਂ ਲਈ ਇਹ ਗੱਲ ਤੁਹਾਡੀ ਬਿਲਕੁਲ ਬਹੁਤ ਬਹੁਤ ਵਧੀਆ ਗੱਲ ਹੈ ਇੰਪੋਰਟੈਂਟ ਗੱਲ ਆ ਕਿਉਂਕਿ ਸਿਰਫ ਹਥਿਆਰ ਕੋਲ ਹੋਣਾ ਉਹ ਹੋ ਤੁਹਾਨੂੰ ਯੋਧਾ ਨਹੀਂ ਬਣਾ ਦਿੰਦਾ ਯੋਧਾ ਤੇ ਜਜ਼ਬੇ ਨਾਲ ਬਣਾ ਬਿਲਕੁਲ ਬਿਲਕੁਲ ਹਾਂ ਕਿਉਂਕਿ ਜਿਹੜੀਆਂ ਜੰਗਾਂ ਨੇ ਨਾ ਉਹਨਾਂ ਨੂੰ ਇੱਕ ਵਾਰੀ ਮੈਂ ਕਿਸੇ ਦੇ ਵਿਚਾਰ ਸੁਣ ਰਿਹਾ ਸੀ ਉਹ ਮੇਰੇ ਤੋਂ ਸੀ ਕਾਫੀ ਸਿਆਣੇ ਨੇ ਉਹ ਕਹਿੰਦੇ ਹਿਸਟਰੀ ਨੂੰ ਲੌਜੀਕਲੀ ਦੇਖੋ ਹਮ ਪਰ ਜਿਹੜੀਆਂ ਜੰਗਾਂ ਲੜੀ ਫੇਥ ਬੇਸ ਹੋਈਆਂ ਨੇ ਫੇਥ ਤੋਂ ਸਹਾਰਾ ਲੈ ਕੇ ਹੋਈਆਂ ਨੇ ਉਹਨੂੰ ਤੁਸੀਂ ਲੌਜੀਕਲੀ ਕਿੱਦਾਂ ਦੇਖ ਸਕਦੇ ਹੋ ਕਿਉਂਕਿ ਉਹ ਤਾਂ ਥੋੜੀ ਲੌਜਿਕ ਦੀ ਫਲਾਈਟ ਕਿੰਨੀ ਹੋਏਗੀ ਮਤਲਬ ਮੈਂ ਕੋਈ ਲੌਜੀਕਲੀ ਤੁਹਾਨੂੰ ਗੱਲ ਦੱਸਾਂ ਹੋ ਸਕਦਾ ਤੁਹਾਨੂੰ ਮੇਰਾ ਲੌਜਿਕ ਨਾ ਸਹੀ ਲੱਗੇ ਸੋ ਪਰ ਜਿਹੜੀਆਂ ਇਹ ਜੰਗਾਂ ਨੇ ਇ ਮੇਰਾ ਨਿੱਜੀ ਖਿਆਲ ਹੈ ਵੀ ਆਪਾਂ ਜਦੋਂ ਕਹਿੰਦੇ ਨਾ ਵੀਰ ਬ੍ਰਿਟਿਸ਼ ਸਬਜੈਕਟਸ ਜੀ ਉਹ ਬੇਸਿਕਲੀ ਪਲਾਈਟਲੀ ਹੈਗਾ ਵੀ ਤੁਸੀਂ ਗੁਲਾਮ ਸੀਗੇ ਜੀ ਤੇ ਪਰ ਮੈਂ ਇਹ ਵੀ ਸੋਚਦਾ ਕਿ ਸਰੀਰਕ ਤੌਰ ਤੇ ਬੇਸ਼ੱਕ ਅਸੀਂ ਗੁਲਾਮ ਸੀਗੇ ਹਮ ਜਿਹੜੇ ਸਾਡੇ ਬਜ਼ੁਰਗ ਸੀਗੇ ਹਮ ਉਹ ਮਾਨਸਿਕ ਤੌਰ ਤੇ ਫਰੀ ਸੀਗੇ ਉਹ ਸੋ ਜਿਹੜੀ ਉਹਨਾਂ ਨੇ ਜੰਗਾਂ ਲੜੀਆਂ ਨੇ ਸੋ ਟਰੂ ਉਹ ਕਿਉਂਕਿ ਉਹ ਫਰੀ ਸੀਗੇ ਇਸੇ ਕਰਕੇ ਲੜ ਸਕੇ ਉਹ ਜੀ ਸੋ ਅਗੇਨ ਜਦੋਂ ਆਪਾਂ ਇਹ ਦਿਨ ਯਾਦ ਕਰਨਾ ਆਪਾਂ ਇਸ ਲਈ ਨਹੀਂ ਕਰਨਾ ਕਿ ਅਸੀਂ ਜਿਹੜੀਆਂ ਯੂਰੋਪੀਅਨ ਕਾਮਨ ਨੇ ਜਿਹੜੀਆਂ ਜੰਗਾਂ ਲੜੀਆਂ ਉਹਨੂੰ ਗਲੋਰੀਫਾਈ ਕਰਨਾ ਅਸੀਂ ਇਸ ਲਈ ਲੜਨਾ ਕਿਉਂਕਿ ਸਾਡੇ ਬਜ਼ੁਰਗਾਂ ਨੇ ਬਹੁਤ ਬਾ ਕਮਾਲ ਜਲਵੇ ਦਿਖਾਈ ਤੇ ਸ਼ਹੀਦੀਆਂ ਦਿੱਤੀਆਂ ਉੱਥੇ ਜੀ ਸੋ ਅਗੇਨ ਰੀਟ੍ਰੀਟ ਦ ਥਿੰਗ ਵੀ ਉਹਨਾਂ ਕੌਮਾਂ ਤੇ ਸਿੱਖਾਂ ਦਾ ਬੜਾ ਕਰਜ਼ਾ ਹੈ ਜੀ ਔਰ ਇਹ ਨਹੀਂ ਅਸੀਂ ਇਸ ਲਈ ਨਹੀਂ ਇਹ ਕੋਈ ਮਹਿਣਾ ਨਹੀਂ ਹੈਗਾ ਉਹਨਾਂ ਨੂੰ ਇਹ ਇਹ ਹਿਸਟਰੀ ਦਾ ਇੱਕ ਫੈਕਟ ਆ ਬਜਾਏ ਕਿ ਸਾਨੂੰ ਗੱਲਾਂ ਕਰਨ ਦੇ ਉਹਨਾਂ ਨੂੰ ਸਾਨੂੰ ਗੱਲਾਂ ਦੱਸਣੀਆਂ ਚਾਹੀਦੀਆਂ ਕਿਉਂਕਿ ਰਿਕਾਰਡ ਤਾਂ ਉਹਨਾਂ ਕੋਲ ਪਏ ਨੇ ਜੀ ਜੀ ਤੇ ਹਰੇਕ ਵੇਲੇ ਜਿੰਨਾ ਕਿ ਅਸੀਂ ਪੁੱਛਦੇ ਆਂ ਜਾਂ ਪਤਾ ਕਰਦੇ ਆਂ ਉਹਨਾਂ ਦੇ ਰਿਕਾਰਡ ਸ਼ੇਅਰ ਹੋ ਜਾਂਦੇ ਨੇ ਜੀ ਤੇ ਜਦੋਂ ਗੱਲ ਥੋੜੀ ਜਿਹੀ ਹੋਰ ਪਾਸੇ ਚਲ ਜਾਂਦੀ ਹੈ ਗੱਲ ਖਤਮ ਹੋ ਜਾਂਦੀ ਹੈ ਤੁਸੀਂ ਕਿਹਾ ਸੀਗਾ ਕਿ ਕਾਮਾਗਾਟਾ ਮਾਰੂ ਉਹ ਤਾਂ ਉਦੋਂ ਹੋਇਆ ਜਦੋਂ ਸਾਡੀਆਂ ਫੌਜਾਂ ਫਰਾਂਸ 'ਚ ਸੀਗੀਆਂ ਜੀ ਪ੍ਰੈਜ਼ੈਂਟ ਜੀ ਔਰ ਜਿਹੜਾ ਜਲੀਆਂ ਵਾਲਾ ਬਾਗ ਆ ਉਹ ਤਾਂ ਜੰਗ ਖਤਮ ਹੋਣ ਦੇ 6 ਮਹੀਨੇ ਬਾਅਦ ਹੋ ਗਿਆ ਸੀ ਯੂ ਆਰ ਰਾਈਟ ਯੈਸ ਸੋ ਇਹਦਾ ਮਤਲਬ ਤੁਸੀਂ ਉਹ ਉਹਨਾਂ ਦਾ ਪਰਸਪੈਕਟਿਵ ਸਮਝਣ ਦੀ ਕੋਸ਼ਿਸ਼ ਕਰੋ ਹਮ ਕਿ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਅਸੀਂ ਤਾਂ ਕੱਚਾ ਮਾਲ ਸੀਗੇ ਉਹਨਾਂ ਲਈ ਹਮ ਸੋ ਉਹਨਾਂ ਨੇ ਕੱਚਾ ਮਾਲ ਵਰਤਿਆ ਹਮ ਰੌ ਮਟੀਰੀਅਲ ਕਹਿ ਲਓ ਉਹਨੂੰ ਸੋ ਅਗੇਨ ਜਿਹੜੀ ਜਿਹੜਾ ਸਾਡਾ ਪਰਸਪੈਕਟਿਵ ਆ ਵੀ ਸਾਡੇ ਬਜ਼ੁਰਗਾਂ ਨੇ ਕਿੰਨੀ ਸ਼ਾਨ ਨਾਲ ਜਿਹੜੀ ਉਹਨਾਂ ਨੂੰ ਡਿਊਟੀ ਸੀਗੀ ਸ਼ਾਇਦ ਇਹ ਅਹਿਸਾਸ ਕਰਕੇ ਵੀ ਜਦੂਸੀਂ ਜਾਵਾਂਗੇ ਇਹਨਾਂ ਨੇ ਇੰਨੇ ਖੁਸ਼ ਹੋ ਜਾਣਾ ਵੀ ਤੁਸੀਂ ਆਜ਼ਾਦ ਹੋ ਜਾਣਾ ਜੀ ਜੀ ਸੋ ਦੋ ਵੇਵ ਚੱਲਦੀਆਂ ਪਈਆਂ ਸੀਗੀਆਂ ਇੱਕ ਗਦਰੀ ਬਾਬੇ ਵਾਲੀਆਂ ਰੱਖ ਲਓ ਹਾਂਜੀ ਤੇ ਇੱਕ ਇਹ ਲੜ ਰਹੇ ਨੇ ਜੀ ਔਰ ਦੋਨਾਂ ਨੇ ਉਹਨਾਂ ਤੋਂ ਇੱਕ ਚੀਜ਼ ਜਿਹੜੀ ਮਿਸ ਹੋਈ ਨਾ ਮੈਨੂੰ ਲੱਗਦਾ ਹੁੰਦਾ ਆਈ ਕੁੱਡ ਬੀ ਰੋਂਗ ਵੀ ਉਹਨਾਂ ਨੇ ਪੰਜਾਬ ਦੀ ਵਾਲੀ ਗੱਲ ਨਹੀਂ ਕੀਤੀ ਹੂੰ ਇਹ ਉਹਨਾਂ ਤੋਂ ਮੰਗ ਰੱਖ ਨਹੀਂ ਹੋਈ ਵਾਲੀ ਹੂੰ ਸੋ ਉਹ ਆਈ ਡੋਨਟ ਨੋ ਉਹ ਕਿਉਂਕਿ ਆਪਾਂ ਤਾਂ ਸੀਗੇ ਨਹੀਂ ਆਪਾਂ ਤਾਂ ਸਿਰਫ ਜਿੰਨੀ ਆਪਣੀ ਸੋਚ ਉਸ ਹਿਸਾਬ ਨਾਲ ਗੱਲ ਕਰ ਸਕਦੇ ਹਾਂ ਹੁਣ ਐਨਲਾਈਜ਼ ਕਰ ਸਕਦੇ ਹਾਂ ਆਫਟਰ ਦਾ ਫੈਕਟ ਜੀ ਹਾਂਜੀ ਕਿਉਂਕਿ ਆਪਾਂ ਹੁਣ ਨਿੱਕੇ ਕਮਰੇ 'ਚ ਬੈਠੇ ਆਂ ਆਪਾਂ ਤਾਂ ਕਹਿ ਸਕਦੇ ਹਾਂ ਜੀ ਉਹ ਜੰਗ ਦੇ ਟਾਈਮ ਉਹਨੂੰ ਇਦਾਂ ਕਰਨਾ ਚਾਹੀਦਾ ਸੀਗਾ ਇਹ ਤਾਂ ਜਦੋਂ ਆਪਾਂ ਉੱਥੇ ਜਾ ਕੇ ਖੜੇ ਹੋਣਾ ਬਿਲਕੁਲ ਫਿਰ ਆਪਾਂ ਨੂੰ ਪਤਾ ਲੱਗਣਾ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਨਾ ਕਿ ਜੰਗ 'ਚ ਕੋਈ ਇਨੋਸੈਂਟ ਨਹੀਂ ਮਾਰਨਾ ਚਾਹੀਦਾ ਹਾਂਜੀ ਇਹ ਤਾਂ ਉਦੋਂ ਪਤਾ ਲੱਗੂਗਾ ਕਿ ਜਦੋਂ ਜਾਨ ਤੇ ਬਣਦੀ ਆ ਆਪਾਂ ਆਪਣੇ ਸੋਲਜਰਸ ਨੂੰ ਬਚਾਉਣਾ ਆ ਜੀ ਉਦੋਂ ਫਿਰ ਕੀ ਕਰਨਾ ਉਦੋਂ ਕੀ ਕਰਨਾ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਸਨੀ ਖਰੋੜ ਜੀ ਫਾਈਨਲ ਵਰਡਸ ਤੁਸੀਂ ਕੀ ਮੈਸੇਜ ਸਾਂਝਾ ਕਰਨਾ ਚਾਹੋਗੇ ਐਟ ਥਿਸ ਟਾਈਮ ਆਫ ਰਿਮੈਂਬਰੈਂਸ ਆਹੀ ਆ ਜੀ ਕਿ ਸਿੱਖ ਜਿਹੜੀ ਬਹਾਦਰੀ ਆ ਉਹ ਹਰ ਇੱਕ ਸੋਲਜਰ ਦੀ ਬਹਾਦਰੀ ਨੂੰ ਆਨਰ ਕੀਤਾ ਜਾਵੇ ਜੀ ਤੇ ਆਪਾਂ ਇਹ ਨਾ ਭੁੱਲੀਏ ਐਸ ਸਿਕਸ ਆਪੇ ਆਪਾਂ ਵੀ ਬਹੁਤ ਅਹਮ ਲੜਾਈਆਂ ਦੇ ਵਿੱਚ ਆਪਣਾ ਯੋਗਦਾਨ ਕੀਤਾ ਜੀ ਤੇ ਆਮ ਆਲਵੇਜ਼ ਰਿਮੈਂਬਰ ਇਹ ਕਰਨਾ ਚਾਹੀਦਾ ਭਈ ਜਿਹੜਾ ਵੀ ਸੋਲਜਰ ਹੂ ਇਜ਼ ਫਾਈਟਿੰਗ ਔਨ ਦਾ ਔਨ ਦਾ ਫਰੰਟ ਲਾਈਨਸ ਆਮ ਸ਼ੁੱਡ ਬੀ ਆਨਰਡ ਜੀ ਐਂਡ ਸ਼ੁੱਡ ਬੀ ਰਿਸਪੈਕਟਡ ਐਟ ਆਲ ਟਾਈਮ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ